ਐਂਡਰੋਇਡ ਫੋਨ ਯੂਜ਼ ਕਰਨ ਵਾਲੇ ਹੋ ਜਾਓ ਸਾਵਧਾਨ, ਹੈਕਰਾਂ ਨੇ ਕੱਢਿਆ ਨਵਾਂ ਕੈਮੀਲੀਅਨ ਵਾਇਰਸ। ਲੋਕਾਂ ਦੇ ਬੈਂਕ ਖਾਤੇ ਹੋ ਰਹੇ ਨੇ ਖਾਲੀ, ਕਿਸੇ ਨੂੰ ਖਬਰ ਵੀ ਨਹੀਂ ਕਿਵੇਂ ਕੀ ਹੋ ਰਿਹਾ। ਇਸ ਵਾਇਰਸ ਤੋਂ ਕਿਵੇਂ ਬਚੀਏ, ਆਓ ਜਾਣਦੇ ਹਾਂ ਇਸ ਪੂਰੀ ਖਬਰ ਵਿੱਚ। ਜਿਸ ਪਲ ਤੁਸੀਂ ਸੋਚਦੇ ਹੋ ਕਿ ਤੁਸੀਂ ਆਪਣੀ ਡਿਵਾਈਸ ਨੂੰ ਸੁਰੱਖਿਅਤ ਰੱਖਦੇ ਹੋਏ ਸਾਰੇ ਨਵੀਨਤਮ ਸਾਈਬਰ ਸੁਰੱਖਿਆ ਖਤਰਿਆਂ ਤੋਂ ਜਾਣੂ ਹੋ, ਹੈਕਰ ਹੁਣ ਕੁਝ ਨਵੀਆਂ ਹੀ ਚਾਲਾਂ ਚੱਲ ਰਹੇ ਨੇ, ਨਵੀਆਂ ਹੀ ਚਾਲਾਂ ਚੱਲਣ ਲੱਗ ਜਾਂਦੇ ਨੇ ਉਸ ਸਮੇਂ ਜਦੋਂ ਤੁਸੀਂ ਸੋਚਦੇ ਹੋ ਕਿ ਹੁਣ ਤੁਸੀਂ ਸੇਫ ਹੋ। ਤੁਹਾਡੀ ਜਾਗਰੂਕਤਾ ਤੋਂ ਬਿਨਾਂ ਮਾਲਵੇਅਰ ਸੁਰੱਖਿਆ, ਪਾਸਵਰਡ, ਨਿੱਜੀ ਜਾਣਕਾਰੀ ਜਾਂ ਤੁਹਾਡੇ ਬੈਂਕ ਖਾਤੇ ਵਿੱਚ ਪੈਸੇ ਤੋਂ ਤੁਹਾਡੀ ਸਾਰੀ ਜੋ ਹੈ ਮਹੱਤਵਪੂਰਨ ਜਾਣਕਾਰੀ ਤੱਕ ਚੋਰੀ ਕਰ ਲਵੇਗਾ। ਤਾਜ਼ਾ ਘਟਨਾ ਦੇ ਵਿੱਚ ਸਾਈਬਰ ਸੁਰੱਖਿਆ ਮਾਹਰਾਂ ਨੇ ਦੱਸਿਆ ਹੈ ਕਿ ਕੈਮੀਲੀਅਨ ਟ੍ਰੋਜਨ ਦੇ ਸੰਸਕਰਣ ਨੇ ਨਵੀਆਂ ਸਮਰੱਥਾਵਾਂ ਨੂੰ ਚੁਣਿਆ ਜੋ ਇਸ ਨੂੰ ਪਿਛਲੀਆਂ ਸੁਰੱਖਿਆ ਰੁਕਾਵਟਾਂ ਨੂੰ ਛੁਪਾਉਣ ਅਤੇ ਸੰਵੇਦਨਸ਼ੀਲ ਉਪਭੋਗਤਾ ਡਾਟਾ ਨੂੰ ਗੁਪਤ ਰੂਪ ਦੇ ਵਿੱਚ ਚੋਰੀ ਕਰਨ ਵਿੱਚ ਵਧੇਰੇ ਮਾਹਰ ਬਣਾਉਂਦੇ ਹਨ। ਪਹਿਲਾਂ ਤੁਹਾਨੂੰ ਦੱਸਾਂਗੇ ਕਿਹੜੇ ਥ੍ਰੈਟਸ ਆਉਂਦੇ ਨੇ ਇਹ ਕੈਮੀਲੀਅਨ ਵਾਇਰਸ ਤੋਂ। ਪਹਿਲੀ ਗੱਲ, ਇਹ ਹੁਣ ਨਵੇਂ ਐਂਡਰੋਇਡ ਸੰਸਕਰਨ ਤੋਂ ਇੱਕ HTML ਪੰਨਾ ਪ੍ਰਦਰਸ਼ਿਤ ਕਰ ਸਕਦਾ ਹੈ ਤਾਂ ਜੋ ਹੈ ਉਪਭੋਗਤਾਵਾਂ ਨੂੰ ਐਕਸੈਸਿਬਿਲਿਟੀ ਸੇਵਾ ਨੂੰ ਸਮਰੱਥ ਬਣਾਉਣ ਦੇ ਲਈ ਚਾਲਬਾਜ਼ ਕੀਤਾ ਜਾ ਸਕੇ। ਥ੍ਰੈਟ ਫੈਬਰਿਕ ਦੇ ਜੋ ਹੈ ਖੋਜਕਰਤਾਵਾਂ ਨੇ ਸੁਝਾਅ ਦਿੱਤਾ ਹੈ ਕਿ ਇਹ ਟ੍ਰੋਜਨ ਨੂੰ ਫਿਰ ਕੀਸਟ੍ਰੋਕ ਲੌਕ ਕਰਨ, ਪਾਸਵਰਡ ਚੋਰੀ ਕਰਨ ਅਤੇ ਡਿਵਾਈਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਣ ਲਈ ਸ਼ੋਸ਼ਣ ਕਰਨ ਦੇ ਲਈ ਵਿਆਪਕ ਅਨੁਮਤੀਆਂ ਪ੍ਰਦਾਨ ਕਰਦਾ ਹੈ। ਦੂਜੀ ਗੱਲ, ਕੈਮੀਲੀਅਨ ਹੁਣ ਫਿੰਗਰਪ੍ਰਿੰਟ ਅਨਲੌਕ, ਚਿਹਰੇ ਦੀ ਪਛਾਣ ਅਤੇ ਹੋਰ ਬਾਇਓਮੈਟ੍ਰਿਕ ਪ੍ਰਮਾਣੀਕਰਨ ਵਿਧੀਆਂ ਦੇ ਵਿੱਚ ਵੀ ਰੁਕਾਵਟ ਪਾ ਸਕਦਾ ਹੈ ਤਾਂ ਜੋ ਉਪਭੋਗਤਾਵਾਂ ਨੂੰ ਉਹਨਾਂ ਦੇ ਬੈਕਅਪ ਪਿੰਨ ਨੂੰ ਇਨਪੁੱਟ ਕਰਨ ਦੇ ਲਈ ਮਜਬੂਰ ਕੀਤਾ ਜਾ ਸਕੇ ਟ੍ਰੋਜਨ ਉਪਭੋਗਤਾ ਦੀ ਜਾਣਕਾਰੀ ਤੋਂ ਬਿਨਾਂ। ਬਾਅਦ ਵਿੱਚ ਡਿਵਾਈਸਾਂ ਨੂੰ ਅਨਲੌਕ ਕਰਨ ਦੇ ਲਈ ਇਹਨਾਂ ਪਿੰਨਾਂ ਨੂੰ ਜੋ ਹੈ ਕੈਪਚਰ ਕਰਦਾ। ਧਿਆਨ ਰੱਖੋ, ਜਾਇਜ਼ ਐਪਸ ਦੇ ਅੰਦਰ ਵੀ ਲੁਕਿਆ ਹੋ ਸਕਦਾ ਹੈ। ਕੈਮੀਲੀਅਨ ਨੂੰ ਵਰਤਮਾਨ ਦੇ ਵਿੱਚ ਜ਼ੋ ਬਿੰਡਰ ਸੇਵਾ ਦੁਆਰਾ ਜੋ ਹੈ ਜਾਇਜ਼ ਐਪਸ ਦੇ ਬੰਡਲਾਂ ਦੇ ਵਿੱਚ ਛੁਪ ਕੇ ਵੰਡਿਆ ਜਾ ਰਿਹਾ। ਮਾਲਵੇਅਰ ਦੇ ਲੇਖਕ ਦਾਅਵਾ ਕਰਦੇ ਹਨ ਕਿ ਇਹ ਖਤਰਨਾਕ ਬੰਡਲ ਗੂਗਲ ਪਲੇ ਪ੍ਰੋਟੈਕਟਰ ਅਤੇ ਐਂਟੀਵਾਇਰਸ ਸੋਫਟਵੇਅਰ ਨੂੰ ਬਾਈਪਾਸ ਕਰਦੇ ਹਨ। ਇਸ ਤੋਂ ਇਲਾਵਾ ਅਗਲੀ ਗੱਲ, ਕੈਮੀਲੀਅਨ ਹੁਣ ਉਪਭੋਗਤਾ ਐਪ ਦੀ ਵਰਤੋਂ ਦੀਆਂ ਆਦਤਾਂ ਤੇ ਡਾਟਾ ਇਕੱਠਾ ਕਰਕੇ ਆਪਣੇ ਹਮਲਿਆਂ ਨੂੰ ਧਿਆਨ ਨਾਲ ਸਮਾਉਂਦਾ ਹੈ। ਪ੍ਰਮਾਣ ਪੱਤਰਾਂ ਨੂੰ ਚੋਰੀ ਕਰਨ ਦੇ ਲਈ ਓਵਰਲੇ ਹਮਲੇ ਉਦੋਂ ਸ਼ੁਰੂ ਕੀਤੇ ਜਾਂਦੇ ਹਨ ਜਦੋਂ ਉਪਭੋਗਤਾਵਾਂ ਦਾ ਧਿਆਨ ਭਟਕਾਇਆ ਜਾਂਦਾ ਹੈ। ਜੋ ਕੈਮੀਲੀਅਨ ਹੈ ਉਸ ਤੋਂ ਕਿਵੇਂ ਬਚਿਆ ਜਾ ਸਕਦਾ, ਹੁਣ ਤੁਹਾਨੂੰ ਉਹ ਦੱਸਾਂਗੇ। ਅਜਿਹੇ ਸਾਈਬਰ ਸੁਰੱਖਿਆ ਖਤਰਿਆਂ ਤੋਂ ਸੁਰੱਖਿਅਤ ਰਹਿਣ ਦੇ ਲਈ ਇੱਥੇ ਸਾਈਬਰ ਸੁਰੱਖਿਆ ਮਾਹਰਾਂ ਦੁਆਰਾ ਸੁਝਾਈਆਂ ਗਈਆਂ ਕੁਝ ਚਾਲਾਂ ਹਨ, ਉਹ ਤੁਹਾਨੂੰ ਦੱਸਣ ਜਾ ਰਹੇ। ਉਪਭੋਗਤਾ ਸਿਰਫ ਗੂਗਲ ਪਲੇ ਵਰਗੇ ਭਰੋਸੇਯੋਗ ਸਰੋਤਾਂ ਤੋਂ ਜੋ ਹੈ ਐਪਸ ਨੂੰ ਸਥਾਪਿਤ ਕਰਕੇ ਕੈਮੀਲੀਅਨ ਤੋਂ ਆਪਣੇ ਆਪ ਨੂੰ ਬਚਾ ਸਕਦੇ ਹਨ। ਸੁਰੱਖਿਆ ਸੋਫਟਵੇਅਰ ਨੂੰ ਅਪ ਟੂ ਡੇਟ ਰੱਖੋ, ਬੇਲੋੜੀ ਪਹੁੰਚਯੋਗਤਾ ਅਨੁਮਤੀਆਂ ਨੂੰ ਸੀਮਿਤ ਕਰੋ। ਵਾਰ ਵਾਰ ਮਾਲਵੇਅਰ ਸਕੈਨ ਚਲਾਉਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਕੈਮੀਲੀਅਨ ਨੂੰ ਹਟਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਜੇਕਰ ਇਹ ਅਸਲ ਨੁਕਸਾਨ ਪਹੁੰਚਾਉਣ ਤੋਂ ਪਹਿਲਾਂ ਸੰਕਰਮਿਤ ਹੋਵੇ। ਵਧੀਆਂ ਸਮਰੱਥਾਵਾਂ ਦੇ ਨਾਲ ਕੈਮੀਲੀਅਨ ਦਾ ਮੁੜ ਉਭਰਨਾ ਮੋਬਾਈਲ ਮਾਲਵੇਅਰ ਦੇ ਸਦਾ ਵਿਕਸਿਤ ਖਤਰੇ ਨੂੰ ਉਜਾਗਰ ਕਰਦਾ ਹੈ। ਉਪਭੋਗਤਾਵਾਂ ਨੂੰ ਪੀੜਤ ਬਣਨ ਤੋਂ ਬਚਣ ਦੇ ਲਈ ਜੋ ਹੈ ਸਾਵਧਾਨ ਅਤੇ ਕਿਰਿਆਸ਼ੀਲ ਰਹਿਣਾ ਚਾਹੀਦਾ ਹੈ, ਅਪ ਟੂ ਡੇਟ ਰਹਿਣਾ ਚਾਹੀਦਾ ਹੈ, ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਇਹਨਾਂ ਚੀਜ਼ਾਂ ਨੂੰ ਫੋਲੋ ਕਰਦੇ ਰਹੋ ਕਿਉਂਕਿ ਨਵਾਂ ਤੋਂ ਨਵਾਂ ਵਾਇਰਸ ਆਉਂਦਾ ਹੀ ਜਾ ਰਿਹਾ ਹੈ ਅਤੇ ਤੁਹਾਨੂੰ ਉਸਦੇ ਬਾਰੇ ਸੂਚਿਤ ਹਮੇਸ਼ਾ ਕਰਦੇ ਹੀ ਰਹਾਂਗੇ।